ਸਟਾਰਟ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਸਾਨੂੰ ਅਸੀਂ ਆਉਂਦੇ ਹਾਂ ਮਾਨਪੁਰ ਟੀਵੀ ਤੇ ਮਾਨਪੁਰ ਵਲੌਗ ਦੇ ਉੱਪਰ ਤੇ ਸਾਨੂੰ ਸਾਲ ਹੋ ਗਿਆ ਪੂਰੇ ਕੰਮ ਕਰਦਿਆਂ ਨੂੰ, ਠੀਕ ਆ ਜੀ। ਤੇ ਸਾਨੂੰ ਤੁਸੀਂ ਮਾਨਪੁਰ ਟੀਵੀ ਤੇ ਮਾਨਪੁਰ ਵਲੌਗ ਦੇ ਉੱਤੇ ਬਹੁਤ ਸਾਰਾ ਪਿਆਰ ਦਿੱਤਾ ਤੇ ਸਤਿਕਾਰ ਦਿੱਤਾ ਤੇ ਸਾਨੂੰ ਫੇਮਸ ਕੀਤਾ ਇਸ ਚੀਜ਼ ਨੇ, ਠੀਕ ਆ ਜੀ। ਤੇ ਬਾਕੀ ਹੁਣ ਇੱਥੇ ਸਾਡਾ ਬਹੁਤ ਪਿਆਰ ਵਾ, ਪਿਆਰ ਦੇ ਨਾਲ ਅਸੀਂ ਵੀਡੀਓ ਬਣਾਉਂਦੇ ਹਾਂ ਤੇ ਬਹੁਤ ਵਧੀਆ ਐਨ ਜਿੱਦਾਂ ਮਤਲਬ ਕਲੀਅਰਟੀ ਕੰਮ ਕਰਦੇ ਆ ਇੱਥੇ ਮਾਨਪੁਰ ਟੀਵੀ ਤੇ ਮਾਨਪੁਰ ਵਲੌਗ ਤੇ। ਤੇ ਬਾਕੀ ਹੁਣ ਮਾਮਾ ਜੀ ਹੋਣੀ ਦੱਸਣਗੇ ਸਾਰੀ ਗੱਲਬਾਤ ਤੁਹਾਨੂੰ। ਜੱਸ ਨੂੰ ਪੁੱਛ ਲਓ, ਕਹੋ ਮੈਂ ਬਾਅਦ ਚ ਦੱਸੂਗਾ। ਦੱਸੋ ਜੱਸ ਜੀ, ਜਦੋਂ ਆਪਾਂ ਇੱਥੇ ਆਉਂਦੇ ਆ ਵੀਡੀਓ ਬਣਾਉਣ ਤੇ ਬੜਾ ਵਧੀਆ ਲੱਗਦਾ ਵਾ, ਸਾਰੇ ਜਣੇ ਬੜਾ ਪਿਆਰ ਦੇ ਨਾਲ ਸਾਰੇ ਜਣੇ ਕੰਮ ਕਰਦੇ ਆ ਤੇ ਵੀਡੀਓ ਬਣਾਉਂਦੇ ਆ ਤੇ ਦਿਨ ਦਾ ਪਤਾ ਹੀ ਨਹੀਂ ਲੱਗਦਾ ਵੀ ਕਿੱਦਾਂ ਨਿਕਲ ਜਾਂਦਾ ਵਾ ਤੇ ਸਾਰਾ ਕੁਛ ਹੀ ਵਧੀਆ ਆ। ਤੇ ਬਾਕੀ ਇਹ ਆ ਵੀ ਮਨਵੀਰ ਭਾਜੀ ਤੇ ਜਸਵਿੰਦਰ ਭੈਣ ਜੀ ਇਹ ਮਤਲਬ ਪੂਰਾ ਸਾਨੂੰ ਇੰਨਾ ਜੋੜ ਕੇ ਇੰਨਾ ਪਿਆਰ ਨਾਲ ਰੱਖਦੇ ਆ, ਸਾਨੂੰ ਕਦੀ ਮਹਿਸੂਸ ਹੀ ਨਹੀਂ ਹੋਇਆ ਵੀ ਅਸੀਂ ਮਤਲਬ ਇੱਦਾਂ ਲੱਗਦਾ ਜਿੱਦਾਂ ਆਪਣੇ ਘਰ ਚ ਬੈਠੇ ਆ, ਆਪਣੇ ਘਰ ਚ ਬੈਠੇ ਆ, ਜੋ ਦਿਲ ਕਰਦਾ ਆਪਾਂ ਖਾਂਦੇ ਆ, ਜੋ ਜੀ ਕਰਦਾ ਅਸੀਂ ਬਣਾਉਂਦੇ ਆ ਤੇ ਇੱਕ ਦੂਜੇ ਦਾ ਸਾਡਾ ਬੜਾ ਪਿਆਰ ਆ ਸਾਰਿਆਂ ਜਣਿਆਂ ਦਾ। ਸਾਰਿਆਂ ਦਾ ਹਾਂਜੀ ਹਾਂਜੀ, ਐਨ ਵਧੀਆ ਟੀਮ ਆਪਣਾ ਵਰਕ ਕਰਦੀ ਆ ਤੇ ਸਾਨੂੰ ਬਹੁਤ ਹੀ ਮਾਨ ਸਤਿਕਾਰ ਦੇ ਰਹੇ ਹੋ ਤੇ ਬਾਕੀ ਇਦਾਂ ਹੀ ਦਿੰਦੇ ਰਹੋ, ਅਸੀਂ ਤੇ ਤੁਹਾਡੇ ਗੜੀ ਹੱਥ ਜੋੜਦੇ ਆ। ਤੇ ਦੱਸੋ ਮਾਮਾ ਜੀ ਹੁਣ ਗਾਹ ਅੱਗੇ। ਮੈਂ ਤੇ ਚਲੋ ਇਹੋ ਰਿਕੁਐਸਟ ਕਰੂੰਗਾ ਸਾਰਿਆਂ ਦੇ ਅੱਗੇ ਵੀ ਜਿੱਦਾਂ ਆਪਣੇ ਨਾਲ ਕੰਮ ਕਰਦੇ ਆ ਸਾਰੇ ਹਨਾ, ਤੇ ਆਪਣੇ ਮੈਂ ਤੇ ਭੈਣ ਭਰਾ ਸਮਝਦਾ ਵਾਂ ਜਿਹੜੇ ਮੇਰੇ ਤੋਂ ਛੋਟੇ ਆ, ਮੈਂ ਉਹਨਾਂ ਨੂੰ ਬੱਚਿਆਂ ਵਾਂਗੂ ਸਮਝਣਾ। ਬੇਸ਼ੱਕ ਜਿਹੜੇ ਕੰਮ ਕਰਦੇ ਵੀ ਰਹੇ ਪਹਿਲਾਂ ਨਾਲ ਕਰਕੇ ਚੱਲ ਵੀ ਗਏ ਆ, ਉਹਨਾਂ ਨੂੰ ਵੀ ਆਪਾਂ ਬੱਚਿਆਂ ਵਾਂਗੂ ਸਮਝ ਰਹੇ ਹਾਂ, ਹੁਣ ਤੱਕ ਸਮਝਦੇ ਹਾਂ ਹਨਾ, ਕੋਈ ਚੱਕਰ ਨਹੀਂ ਹੈਗਾ ਵਧੀਆ। ਅਤੇ ਸਾਡੇ ਦੇਹੋ ਅਰਦਾਸ ਆ ਵੀ ਜਿਹੜਾ ਜਿਹੜਾ ਮਾਨਪੁਰ ਟੀਵੀ 'ਤੇ ਕੰਮ ਕਰਕੇ ਗਿਆ ਵਾ ਬੰਦਾ, ਮਹਾਰਾਜ ਉਹਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ, ਚਾਹੇ ਉਹ ਸਾਡੇ ਨਾਲ ਕੰਮ ਕਰਦਾ ਇਹੋ ਵੇਲੇ ਚਾਹੇ ਨਹੀਂ ਵੀ ਕਰਦਾ ਕੋਈ ਗੱਲ ਨਹੀਂ। ਇੱਦਾਂ ਹੀ ਹੁੰਦਾ ਕੋਈ ਸਦਾ ਕਿਸੇ ਨਾਲ ਕੰਮ ਨੂੰ ਸਾਰੀ ਉਮਰ ਨਹੀਂ ਕਰ ਸਕਦਾ, ਨਾ ਸਦਾ ਜਿਹੜਾ ਕਹਿੰਦੇ ਹੁੰਦੇ ਆ ਵੀ ਨਹੀਂ ਰਹਿ ਜਾਂਦਾ ਇੱਕ ਦੂਜੇ ਦੇ ਨਾਲ, ਕਦੀ ਨਾ ਕਦੀ ਬੰਦਾ ਵੱਖ ਹੁੰਦਾ ਵਾ ਹਨਾ, ਕੋਈ ਟਾਈਮ ਹੁੰਦਾ ਵਾ। ਅਤੇ ਬਾਕੀ ਇਹ ਹੈ ਵੀ ਚਲੋ ਇਹ ਹੁਣ ਸਾਡੇ ਨਾਲ ਕੰਮ ਕਰਦੇ ਆ ਪਰਮ ਅਤੇ ਜੱਸ, ਅਤੇ ਇਹਨਾਂ ਨੇ ਆਪਣਾ ਚੈਨਲ ਬਣਾਇਆ ਵਾ, ਪਰਮ ਜੱਸ ਰੱਖਿਆ ਨਾ ਨਾਮ। ਹਾਂਜੀ, ਅਤੇ ਜੱਸ ਪਰਮ ਵਲੌਗਸ, ਜੱਸ ਪਰਮ ਵਲੌਗ। ਅਤੇ ਇਹ ਆ ਵੀ ਜਿੱਦਾਂ ਤੁਹਾਡੀ ਸਾਰਿਆਂ ਦੀ ਕਿਰਪਾ ਨਾਲ ਹੀ ਚੈਨਲ ਚੱਲਣ ਡਏ ਜਿੰਨੇ ਵੀ ਹੈਗੇ ਆ ਹੈ ਨਾ, ਅਤੇ ਮਾਨਪੁਰ ਟੀਵੀ ਮਾਨਪੁਰ ਵਲੌਗ ਆ ਤੇ ਵੀ ਤੁਸੀਂ ਵੇਖਦੇ ਤਾਂ ਹੀ ਚੱਲਦਾ, ਅਤੇ ਚਲੋ ਟੀਮ ਨਾਲ ਅਤੇ ਪਰਮਾਤਮਾ ਦਾ ਵੀ ਹੱਥ ਹੈ ਨਾ, ਅਤੇ ਇਹਨਾਂ ਦਾ ਵੀ ਜਿਹੜਾ ਚੈਨਲ ਆ ਉਹਦੀ ਵੀ ਸਪੋਰਟ ਕਰੋ, ਉਹਨੂੰ ਵੀ ਵੇਖੋ, ਅਤੇ ਚਲੋ ਜੇ ਇਹਨਾਂ ਨੇ ਬਣਾਇਆ ਵਾ ਤਾਂ ਵੀ ਆਪਣਾ ਕੰਮ ਚਲਾਉਣ, ਠੀਕ ਆ ਕਿ ਨਹੀਂ। ਅਤੇ ਸਾਨੂੰ ਖੁਸ਼ੀ ਹੁੰਦੀ ਹੈ ਵੀ ਚਲੋ ਜੇ ਕੋਈ ਬੰਦਾ ਨਾਲ ਕੰਮ ਕਰਦਾ ਵਾ ਤਾਂ ਉਹ ਅੱਗੇ ਵਧੇ, ਵਧੀਆ ਗੱਲ ਆ। ਉਹਦੇ ਵਿੱਚ ਦੋ ਗੱਲਾਂ ਹੁੰਦੀਆਂ ਵਾ ਵੀ ਹੁਣ ਮੰਨ ਲਓ ਵੀ ਜੇ ਚਲੋ ਸਾਡਾ ਚੈਨਲ ਚੱਲਦਾ ਵਾ ਜਿੱਦਾਂ ਵੀ ਆ ਤੁਹਾਡੇ ਸਾਹਮਣੇ ਆ ਥੋੜ੍ਹਾ ਬਹੁਤਾ ਜੋ ਵੀ ਆ ਜਦੋਂ ਤੋਂ ਵੀ ਅਸੀਂ ਲੱਗੇ ਹਾਂ, ਅਤੇ ਕਈ ਜਣੇ ਨਾਲ ਕੰਮ ਕਰਦੇ ਹੈ ਨਾ, ਅਤੇ ਉਹ ਫਿਰ ਕੀ ਹੁੰਦਾ ਕਿ ਜੇ ਕੱਲ੍ਹ ਨੂੰ ਕੋਈ ਆਪਣਾ ਚੈਨਲ ਬਣਾਉਂਦਾ ਵਾ ਹੋਰ ਨਹੀਂ ਤਾਂ ਘੱਟ ਤੋਂ ਘੱਟ ਚਲੋ ਕੋਈ ਬੰਦਾ ਦੂਹ ਚਹੂੰ ਜਾਣਿਆਂ ਤੋਂ ਨਾਲ ਰੱਖਦਾ ਹੀ ਆ ਹੈ ਨਾ, ਕੋਈ ਤਨਖਾਹ ਦਊਗਾ ਉਹਨਾਂ ਨੂੰ, ਕਿਤੇ ਨਾ ਕਿਤੇ ਬੇਰੁਜ਼ਗਾਰੀ ਦੇ ਵਿੱਚ ਵੀ ਜਿਹੜਾ ਹਿੱਸਾ ਪੈਂਦਾ ਹਰ ਬੰਦੇ ਦਾ। ਅਤੇ ਹੁਣ ਮੰਨ ਲਓ ਭੁਪਿੰਦਰ ਦਾ ਚੈਨਲ ਆ, ਉਹਦੇ 'ਚ ਵੀ ਮੇਰੇ ਖਿਆਲ ਉਹ ਦੋ ਚਾਰ ਜਣੇ ਉਹਨਾਂ ਨਾਲ ਹੁੰਦੇ ਆ, ਚਲੋ ਉਹਨਾਂ ਦਾ ਆਪਣਾ ਪਰਿਵਾਰ ਆ, ਭਾਵੇਂ ਪਰਿਵਾਰ ਹੀ ਹੋਵੇ ਵਿਹਲਾ ਕੋਈ ਨਹੀਂ ਹੁੰਦਾ ਹੈ ਨਾ, ਥੋੜ੍ਹ ਬਹੁਤ ਹਰ ਬੰਦਾ ਲੈਂਦਾ ਵੀ ਆ ਅਤੇ ਜਿਹਨੇ ਕੰਮ ਕਰਾਉਣਾ ਦਿੰਦਾ ਵੀ ਆ। ਅਤੇ ਭਾਜੀ ਹੋਣੀ ਆ ਅਤੇ ਇਹਨਾਂ ਨੇ ਵੀ ਨਾਲ ਆਪਣੇ ਜਿੱਦਾਂ ਕੰਮ ਕਰਨ ਵਾਲੇ ਨਾਲ ਥੋੜ੍ਹੇ ਬਹੁਤ ਹੈਗੇ, ਇਹਨਾਂ ਦੀ ਵੀ ਟੀਮ ਆਪਣੀ ਹੈ ਨਾ, ਇਹ ਵੀ ਕੋਈ ਤਿਲ ਫੁੱਲ ਦਿੰਦੇ ਆ, ਅਤੇ ਜੇ ਕੱਲ੍ਹ ਨੂੰ ਇਹ ਕਾਮਯਾਬ ਹੋ ਜਾਂਦਾ ਮੁੰਡਾ ਹੈ ਨਾ, ਤੁਸੀਂ ਸਪੋਰਟ ਕਰੋ, ਅਤੇ ਕੋਈ ਇਹ ਵੀ ਦੋ ਚਾਰ ਜਣੇ ਨਾਲ ਰੱਖੂਗਾ ਅਤੇ ਚਲੋ ਸਾਨੂੰ ਖੁਸ਼ੀ ਹੋਊਗੀ ਇਸ ਗੱਲ ਦੀ। ਜੇ ਦੋ ਚਹੂੰ ਜਣਿਆਂ ਨੂੰ ਇਹ ਤਨਖਾਹ ਦਊਗਾ, ਸਾਡੇ ਕੋਲ ਇੱਥੇ ਹੋਰ ਕੋਈ ਨਵੀਆਂ ਜੋੜੀਆਂ ਕਦੋਂ ਆਉਣਗੀਆਂ, ਉਹਨਾਂ ਨੂੰ ਵੀ ਜਗ੍ਹਾ ਮਿਲੂਗੀ, ਇਹ ਗਾਂਹ ਤੋਂ ਗਾਂਹ ਜਿਹੜਾ ਨਾ ਸਰਕਲ ਜਿਹੜਾ ਚੱਲਦਾ ਰਹਿੰਦਾ ਵਾ। ਅਤੇ ਤੁਸੀਂ ਵੱਧ ਤੋਂ ਵੱਧ ਇਹਨਾਂ ਦੇ ਚੈਨਲ ਨੂੰ ਸਪੋਰਟ ਕਰੋ, ਅਤੇ ਹੋਰ ਵੀ ਜਿਹੜੇ ਚੈਨਲ ਚੱਲਣ ਡਏ ਆ ਜਿੱਦਾਂ ਭਾਜੀ ਹੋਣਾਂ ਦਾ ਚੈਨਲ ਆ, ਭੁਪਿੰਦਰ ਦਾ ਚੈਨਲ ਆ, ਉਹਨਾਂ ਨੂੰ ਵੀ ਸਪੋਰਟ ਕਰੋ ਸਾਰਿਆਂ ਨੂੰ ਹੈ ਨਾ।
ਤੇ ਚਲੋ ਇਹ ਆ ਵੀ ਇੱਕ ਸਰਕਲ ਪਰਮਾਤਮਾ ਨੇ ਬਣਾਇਆ ਵਾ ਤੇ ਚੱਲਣਾ ਇਹ ਤੁਹਾਡੇ ਤੇ ਹੀ ਆ, ਤੁਸੀਂ ਸਪੋਰਟ ਕਰੋ ਤੇ ਚਲੋ ਵਧੀਆ ਗੱਲ ਆ ਵੀ ਨਾਲ ਰਲੇ ਰਹਿਣ ਸਾਰੇ ਜਾਣੇ, ਹੈ ਨਾ। ਤੇ ਬਾਕੀ ਚਲੋ ਅੱਜ ਫਿਲਹਾਲ ਤੇ ਆਪਾਂ ਸਾਰੇ ਇਕੱਠੇ ਕੰਮ ਕਰ ਰਹੇ ਹਾਂ, ਇਕੱਠੇ ਕੰਮ ਕਰਦੇ ਵੀ ਰਹਾਂਗੇ ਜੀ ਅੱਗੇ ਵੀ, ਜਿੱਦਾਂ ਵੀ ਕੋਈ ਗੱਲ ਹੋਊਗੀ ਕੋਈ ਵੀ ਇਨਫੋਰਮੇਸ਼ਨ ਹੋਊਗੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਠੀਕ ਹੈ ਕਿ ਨਹੀਂ। ਬੜਾ ਪਿਆਰ ਬਣਿਆ ਵਾ, ਵਧੀਆ ਵਾ ਤੇ ਬਹੁਤ ਵਧੀਆ। ਤੁਸੀਂ ਵੀ ਦੱਸੋ ਕੁਝ ਇੱਧਰ, ਬਾਕੀ ਇਹ ਵੀ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਤੁਸੀਂ ਦੱਸਿਆ ਕਰੋ, ਕਮੈਂਟ ਕਰਿਆ ਕਰੋ, ਜਿਹੜੀ ਚੰਗੀ ਉੱਤੇ ਚੰਗਾ ਕਰਤਾ, ਜਿਹੜਾ ਹਨਾ ਕੋਈ ਮਾੜਾ ਹੁੰਦਾ, ਕਿਉਂਕਿ ਜੇ ਦੱਸੋਗੇ ਤੇ ਫੇਰ ਹੀ ਸਿੱਖਾਂਗੇ। ਚਲੋ ਗਲਤੀ ਦਾ ਇਹ ਹੁੰਦਾ ਕਿ ਆਪ ਨੂੰ ਕਈ ਵਾਰੀ ਆਪਣੀ ਗਲਤੀ ਆਪਣੇ ਕੋਲ ਨਹੀਂ ਫੜੀ ਜਾਂਦੀ, ਦੂਜਾ ਬੰਦਾ ਜਿਹੜਾ ਛੇਤੀ ਫੜਦਾ ਵਾ ਤੇ ਫਿਰ ਜੇ ਗਲਤ ਕਰਾਂਗੇ ਤੇ ਸਿੱਖਣ ਨੂੰ ਵੀ ਬੜਾ ਕੁਝ ਮਿਲਦਾ, ਸੁਧਾਰ ਸਹੀ ਕਰੀ ਜਾਵਾਂਗੇ ਤੇ ਫਿਰ। ਮੈਂ ਵੀ ਇੱਕ ਗੱਲ ਕਰਨੀ ਹੈ ਕਿ ਜੇ ਮਦਰ ਡੇ ਆ ਤੇ ਪਤਾ ਨੀ ਕਿਹੜੇ ਮੇਰੇ ਭੈਣ ਭਰਾ ਨੇ ਕਮੈਂਟ ਕੀਤਾ ਵਾ ਕਿ ਜਿੱਦਾਂ ਦੀ ਜੀਵਨ ਆ ਮਤਲਬ ਮਦਰ ਆ, ਇੱਦਾਂ ਦੀ ਮਦਰ ਕਿਸੇ ਦੀ ਨਾ ਹੋਵੇ। ਵੇਖਲੋ ਹੱਥ ਜੋੜ ਕੇ ਬੇਨਤੀ ਆ ਵੀ ਮੈਨੂੰ ਇੱਦਾਂ ਦੇ ਕਮੈਂਟ ਨਾ ਕਰਿਆ ਕਰੋ, ਮੈਂ ਇੱਦਾਂ ਦੀ ਨਹੀਂ ਆ ਵੀ ਜਿੱਦਾਂ ਮਤਲਬ ਸੀਨ ਦੇ ਹਿਸਾਬ ਨਾਲ ਮੈਨੂੰ ਇਹ ਸਾਰੇ ਸੀਨ ਕਰਨੇ ਪੈਂਦੇ ਆ। ਤੇ ਜੇ ਵੀਡੀਓ ਬਣਨੀ ਆ ਤੇ ਵੀਡੀਓ ਦੇ ਵਿੱਚ ਨੈਗੇਟਿਵ ਰੋਲ ਵੀ ਤਾਂ ਹੋਣਾ ਹੀ ਆ, ਜੇ ਨੈਗੇਟਿਵ ਰੋਲ ਹੋਊਗਾ ਨਾ ਤਾਂ ਤੁਹਾਨੂੰ ਬਿਲਕੁਲ ਮਜ਼ਾ ਨਹੀਂ ਆਉਣਾ। ਜੇ ਮੈਂ ਹਾਂ ਵਧੀਆ ਰੋਲ ਨਾ ਕਰੂੰਗੀ ਤਾਂ ਤੁਸੀਂ ਫਿਰ ਕਹਿਣਾ ਇਹਨੂੰ ਐਕਟਿੰਗ ਨਹੀਂ ਆਉਂਦੀ ਰਹੇ ਤੇ ਕਰਦੀ ਵੀ ਕੁਛ ਨਹੀਂ, ਕੀ ਤੁਸੀਂ ਕਰਦੇ ਜੇ, ਹਨਾ, ਫਿਰ ਤੁਹਾਨੂੰ ਚੰਗਾ ਨਹੀਂ ਲੱਗਣਾ। ਤੇ ਇਸ ਕਰਕੇ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦੀ ਹਾਂ ਵੀ ਪਿਆਰ ਨਾਲ ਕਿਹਾ ਕਰੋ, ਜੇ ਕੋਈ ਗਲਤੀ ਹੁੰਦੀ ਆ ਏਦਾਂ ਨਾ ਕਿਹਾ ਕਰੋ ਵੀ ਏਦਾਂ ਦੀ ਮਾਂ ਕਿਸੇ ਦੀ ਨਾ ਹੋਵੇ। ਇਹ ਤਾਂ ਪਹਿਲਾਂ ਵੀ ਦੇਖੋ ਇਹਨਾਂ ਦੇ ਵੀ ਬੱਚੇ ਨੇ, ਇਹਨਾਂ ਦੀ ਮੇਰੀ ਸੱਸ ਬੜੀ ਚੰਗੀ ਹੈ। ਇਹ ਤਾਂ ਪਹਿਲਾਂ ਗੱਲ ਹੋ ਕੇ ਪਤਾ ਲੱਗਾ ਬਾਰੇ ਨੇ ਕੋਈ ਰਿਵਿਊ ਬਾਕਾਂ ਦੇ ਦੱਸ ਇਹ ਨਾ ਨਾ ਦੀ ਨੂਰ ਪੁੱਛ ਕੇ ਇਹ ਗੱਲ ਪਹਿਲਾਂ ਵੀ ਹੋਈ ਕਿ ਚਲੋ ਕਮੈਂਟ ਜਿਹੜੇ ਆ ਹਿੰਮਤ ਦਿਆ ਕਰੋ ਸਗੋਂ ਚਲੋ ਕਰਿਓ ਸਪੋਰਟ, ਇਹਨਾਂ ਦੇ ਵੀ ਤਗੜੇ ਹੋ ਗਏ ਬਿਲਕੁਲ, ਤੇ ਕੋਈ ਗੱਲ ਨੀ ਚਲੋ ਏਦਾਂ ਹੀ ਕੰਮ ਚੱਲਦੇ ਰਹਿੰਦੇ ਆ, ਇਹ ਤੁਹਾਡੀ ਕਿਰਪਾ ਨਾਲ ਚੱਲਣੇ ਸਾਰੇ ਕੰਮ, ਵਾਹਿਗੁਰੂ ਦੀ ਕਿਰਪਾ ਤੇ ਤੁਹਾਡੀ ਵੇਖਣ ਵਾਲਿਆਂ ਦੀ ਕਿਰਪਾ ਵਾ ਬਿਲਕੁਲ। ਤੇ ਬਾਕੀ ਜੇ ਤੁਹਾਡਾ ਹੱਥ ਵਾ ਤਾਂ ਕੋਈ ਨੀ, ਆਪਾਂ ਮਿਹਨਤ ਕਰਦੇ ਰਹਾਂਗੇ, ਜਿੰਨਾ ਚਿਰ ਤੁਸੀਂ ਮਿਹਨਤ ਕਰੋਗੇ ਆਪਾਂ ਕਰਾਂਗੇ। ਨਾਲੇ ਇੱਕ ਬੇਨਤੀ ਨਵ ਦੀ ਸੱਸ ਨੂੰ ਮਾੜਾ ਨਾ ਕਰੋ, ਨਾਲੇ ਦੱਸਾਂ ਜਰੂਰੀ ਨੀ ਹੁੰਦਾ ਸਾਰੀਆਂ ਵੀਡੀਓ ਮੈਸੇਜ ਵਾਲੀਆਂ ਹੁੰਦੀਆਂ ਕਿ ਇਹ ਤੇ ਤੁਹਾਡੇ ਮਨੋਰੰਜਨ ਵਾਸਤੇ ਹੁੰਦੀਆਂ ਵਾ, ਜੇ ਕੋਈ ਮੈਸੇਜ ਹੀ ਲੈਂਦਾ ਠੀਕ ਆ। ਅਸੀਂ ਇੰਨੇ ਸਿਆਣੇ ਕਿੱਥੇ ਆਪਾਂ ਅਸੀਂ ਕਿਸੇ ਨੂੰ ਅਕਲ ਦੇਈਏ, ਸਾਡੇ ਜੇ ਵਾਪਰੇ ਪਤਾ ਨੀ ਕਿੰਨੀਆਂ ਗਲਤੀਆਂ ਵਾ, ਹਜ਼ਾਰ ਗਲਤੀ ਹਰ ਬੰਦਾ, ਮੈਂ ਆਪਣੀ ਗੱਲ ਕਰਦਾ ਵੀ ਪਤਾ ਨੀ ਕਿੰਨੀਆਂ ਗਲਤੀਆਂ ਅਸੀਂ ਕਰਨੇ ਹਨਾ। ਤੇ ਕੋਈ ਵੀ ਬੰਦਾ ਜਿਹੜਾ ਹੁੰਦਾ ਨਾ ਉਹ ਆਪਣੀ ਪੋਜ਼ਿਟਿਵਿਟੀ ਦੱਸਦਾ ਵਾ, ਨੈਗੇਟਿਵਿਟੀ ਕੋਈ ਨੀ ਦੱਸਦਾ ਹੁੰਦਾ ਵੀ ਆਪਾਂ ਕੀ ਕਰਦੇ ਹਾਂ। ਉਹ ਜਿਹੜਾ ਇਹੋ ਜਿਹੇ ਬੰਦੇ ਹਨ ਉਹਨੂੰ ਪਤਾ ਵਾ ਕਿ ਬੰਦਾ ਜਦੋਂ ਸਵੇਰੇ ਉੱਠਦਾ ਨਾ ਉੱਠਦਾ ਸਾਰੀ ਗਲਤੀਆਂ ਸ਼ੁਰੂ ਹੁੰਦੀਆਂ, ਬਹੁਤ ਗਲਤੀਆਂ ਕਰਦੇ ਆਪਾਂ ਸਾਰੀ ਦਿਹਾੜੀ। ਤੇ ਚਲੋ ਪਰਮਾਤਮਾ ਬਖਸ਼ਣ ਵਾਲਾ, ਤੁਸੀਂ ਬਖਸ਼ਣ ਵਾਲੇ ਸਾਰੇ ਹਨਾ। ਅਸੀਂ ਵੀ ਹੁਣ ਜਿੱਦਾਂ ਵੀਡੀਓ ਵੇਖਦੇ ਆ ਨਾ ਆਲਰੇਡੀ, ਤੇ ਏਦਾਂ ਲੱਗਦਾ ਕਿ ਹਾਂ ਬਈ ਕੁਛ ਨਾ ਕੁਛ ਏਦਾਂ ਹੋ ਰਿਹਾ, ਜਿੱਦਾਂ ਆਪਾਂ ਜਦੋਂ ਆਪਾਂ ਛੋਟੇ ਛੋਟੇ ਫਿਲਮਾਂ ਵੇਖਦੇ ਹੁੰਦੇ ਆ ਨਾ, ਖਾਸ ਕਰਕੇ ਪੰਜਾਬੀ, ਤੇ ਉਹ ਵੇਖਿਆ ਜਦੋਂ ਮਿਲਣਾ ਹੁੰਦਾ ਸੀ ਤਾਂ ਸਾਰੇ ਉਹਦੇ ਮਗਰ ਚੜੇ ਹੁੰਦੇ ਸੀ, ਆਪਣਾ ਵਾਕਿਆ ਨੂੰ ਫੜ ਲਓ ਇਹਨੂੰ ਮਾਰ ਦਿਓ, ਉਹਨੂੰ ਮਤਲਬ ਕਹਿਣ ਦਾ ਮਤਲਬ ਇਹ ਆ ਵੀ ਜੇ ਹੁੰਦੀ ਭੈਣ ਜੀ ਹੋਣਾ ਇੰਨਾ ਗੁੱਸਾ ਕਰੋ ਤੇ ਉਹਨਾਂ ਨੂੰ ਵੀਡੀਓ ਜੇ ਨਾ ਲਈਏ ਤੇ ਫਿਰ ਕੱਲ੍ਹ ਵਾਲੀ ਵੀਡੀਓ ਕਿੱਦਾਂ ਬਣੀ, ਜੇ ਮਿਲਣ ਨੂੰ ਕੋਈ ਮਾਰ ਹੀ ਦੇਵੇ ਮੰਨ ਲਓ ਮੈਨੂੰ ਮਾਰ ਹੀ ਦਓ ਤੁਸੀਂ ਜਿੱਦਾਂ ਦੇਖ ਲਾ ਤੁਸੀਂ ਕੱਢ ਦਓ ਬਲਾਲ ਕਰ ਦਓ, ਮੈਨੂੰ ਭਾਜੀ ਅਮਰੀਸ਼ਪੁਰੀ ਦੀ ਭੈਣ ਵੀ ਕਹਿੰਦੇ।
ਥੋੜੀ ਜੀ ਠੰਡੀ ਜੀ ਚੱਲਣ ਡੀ ਤੁਹਾਨੂੰ ਵੀ ਮਾਰਕੀਟ ਆਈ ਵਾਲੀਆਂ ਵੀਡੀਓ ਚਾਹੀਦੀਆਂ ਬਾਕੀ ਮੁੱਖ ਦੀ ਗੱਲ ਇਹ ਆ ਵੀ ਜਸ ਤੇ ਪਰਮ ਨੇ ਆਪਣਾ ਚੈਨਲ ਬਣਾਇਆ ਵਾ ਤੇ ਉਹਨੂੰ ਜਰੂਰ ਸਪੋਰਟ ਕਰੋ ਸਾਰੇ ਜਾਣੇ ਜਿੱਦਾਂ ਪਿੰਦਰ ਨੇ ਵੀ ਚੈਨਲ ਬਣਾਇਆ ਭਾਜੀ ਹੋਣਾ ਨੇ ਸਾਰੇ ਚੈਨਲਾਂ ਦੀ ਸਪੋਰਟ ਕੀਤੀ ਆ ਮਾਨਪੁਰ ਟੀਵੀ ਦੀ ਵੀ ਤੁਸੀਂ ਬਹੁਤ ਸਪੋਰਟ ਕੀਤੀ ਮਾਨਪੁਰ ਲੋਕ ਦੀ ਹਨਾ ਵੱਧ ਤੋਂ ਵੱਧ ਦੇਖਿਆ ਕਰੋ ਸ਼ੇਅਰ ਸਾਰਾ ਸਤਿ ਸ਼੍ਰੀ ਅਕਾਲ।